So on the behalf of entire UCC department, I welcome Honorable Vice Chancellor Madam Neelam Garewal, Honorable Pro Vice Chancellor Sir P.S. Alak, Honorable Director Finance Dr. Narinder Singh, Control of Exam Dr. Amit Tuteja, Director IT Dr. Sunny Arora, Dean CCDE Dr. Mamta Roy, and Deputy Dean Academics Dr. Ashutosh Pathak, and all the deans and faculty members. Good morning, everyone. मैं मनिंदर सिंह. मैं हरप्रीत सिंह. ਤੁਹਾਡੇ ਸਾਹਮਣੇ ਇੱਕ ਐਕਟ ਪੇਸ਼ ਕਰਨ ਜਾ ਰਹੇ ਹਾਂ. ਇਸ ਐਕਟ ਦੇ ਵਿੱਚ ਦੋ ਅਜਨਬੀਆਂ ਦੀ ਗੱਲਬਾਤ, ਇੱਕ ਵਿਦੇਸ਼ ਜਾਣ ਦਾ ਚਾਹਵਾਨ ਨੌਜਵਾਨ ਅਤੇ ਇੱਕ ਦੇਸ਼ ਪ੍ਰੇਮੀ ਕਿਵੇਂ ਉਸ ਨੂੰ ਆਪਣੇ ਦੇਸ਼ ਦੀ ਉਪਲਬਧੀਆਂ ਬਾਰੇ ਦੱਸਦਾ ਹੈ. ਸਾਢੇ ਗਿਆਰਾਂ ਕੀ ਯਾਰ, 10 ਮਿੰਟ ਤੋਂ ਵੇਟ ਕਰ ਰਿਹਾ, ਇੱਕ ਬੱਸ ਤੱਕ ਨਹੀਂ ਆ ਰਹੀ. ਕੀ ਸਾਡਾ ਦੇਸ਼ ਤਰੱਕੀ ਕਰੂ? ਕਾਫੀ ਪਰੇਸ਼ਾਨ ਲੱਗ ਰਿਹਾ ਛੋਟੇ ਵੀਰ, ਕੀ ਗੱਲ ਹੈ? ਕੀ ਦੱਸਾਂ ਵੀਰੇ, ਏਜੰਟ ਭੁੱਲ ਜਾ ਰਿਹਾ, ਤੰਗ ਆਏ ਪਿਆ ਤੁਹਾਡੇ ਸਿਸਟਮ ਤੋਂ. ਜ਼ਮੀਨੀ ਸਾਨੂੰ ਟਾਈਮ ਦੀ ਨਹੀਂ ਆ ਰਹੀ, ਅਤੇ ਗੱਲਾਂ ਸੀ ਜਾਣਦੇ ਜਾਣ ਦੀਆਂ ਕਰ ਰਹੇ. ਅੱਛਾ ਅੱਛਾ, ਤੁਸੀਂ ਵੀ ਬਾਹਰ ਜਾਣਾ ਲੋਕਾਂ 'ਚੋਂ. ਹਾਂਜੀ, ਤੁਸੀਂ ਮੈਨੂੰ ਐਂ ਦੱਸੋ, ਇੱਕ ਦਿਨ ਦੇ ਵਿੱਚ ਸਾਰਾ ਸਿਸਟਮ ਬਦਲਿਆ ਜਾਂਦਾ? ਦੇਖੋ, ਤੁਸੀਂ ਆਪਣੀ ਜਵਾਨੀ ਬਗਾਨੇ ਮੁਲਕ ਦੇ ਲੇਖੇ ਲਾ ਕੇ ਆਪਣੀ ਜਵਾਨੀ ਉੱਥੇ ਸਾਰੀ ਖਰਾਬ ਕਰਕੇ ਆਉਂਗੇ, ਅਤੇ ਕਿਉਂ ਨਾ ਉਹਦੇ ਬਦਲੇ ਆਪਦੇ ਦੇਸ਼ ਨੂੰ ਟਾਈਮ ਦਿਓ, ਆਪਦੇ ਦੇਸ਼ ਨੂੰ ਬਦਲੋ. ਦੇਖੋ, ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਜੀਣ ਦੇ ਸਿਰਫ ਦੋ ਤਰੀਕੇ ਹੁੰਦੇ ਆ. ਜਿਵੇਂ ਜ਼ਿੰਦਗੀ ਚੱਲ ਰਹੀ ਹੈ ਚੱਲਣ ਦਿਓ, ਜਾਂ ਪੂਰਾ ਪੱਕਾ ਇਰਾਦਾ ਕਰੋ ਉਹਨੂੰ ਬਦਲਣ ਲਈ, ਅਤੇ ਬਦਲ ਕੇ ਛੱਡੋ. ਜੇ ਆਹੀ ਸੋਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਹੁੰਦੀ ਤਾਂ ਅੱਜ ਆਪਾਂ ਗੋਰਿਆਂ ਦੇ ਗੁਲਾਮ ਹੀ ਹੁੰਦੇ, ਆਪਾਂ ਨੂੰ 75 ਸਾਲ ਆਜ਼ਾਦੀ ਦੇ ਨਾ ਹੋਏ ਹੁੰਦੇ, ਅਤੇ ਆਪਣੇ ਗਲੇ ਦੇ ਵਿੱਚ ਅੱਜ ਵੀ ਗੁਲਾਮੀ ਅਤੇ ਹਵਾਵਾਂ ਦੇ ਵਿੱਚ ਘੁੱਟਣ ਮਹਿਸੂਸ ਹੋਣੀ ਸੀ. ਉਹਨਾਂ ਦੇ ਹਿੱਸੇ ਵੀ ਕੀ ਆਇਆ? ਉਹਨਾਂ ਦੇ ਹਿੱਸੇ ਵੀ ਸ਼ਹੀਦੀਆਂ ਆਈਆਂ, ਅਤੇ ਸਾਨੂੰ ਉਹਨਾਂ ਗੋਰੇ ਅੰਗਰੇਜ਼ਾਂ ਤੋਂ ਛੁਡਾ ਕੇ ਇਹਨਾਂ ਕਾਲੇ ਅੰਗਰੇਜ਼ਾਂ ਵਾਲੇ ਕਰ ਦਿੱਤਾ? ਬਹੁਤ ਗਲਤ ਸੋਚ ਹੈ ਤੁਹਾਡੀ, ਬਹੁਤ ਜ਼ਿਆਦਾ ਗਲਤ ਕਹੂੰਗਾ ਮੈਂ. ਕਿਉਂਕਿ ਦੇਖੋ, ਆਪਣਾ ਦੇਸ਼ ਭਾਰਤ ਪਹਿਲਾਂ ਬਹੁਤ ਹੀ ਅਮੀਰ ਸੀਗਾ, ਉਹ ਗੋਰੇ ਇੱਥੇ ਵਪਾਰ ਕਰਨ ਆਉਂਦੇ ਸੀ. ਜਿਹੜੀ ਅਮੀਰੀ ਉਹਨਾਂ ਦੀ ਹੈ ਨਾ, ਉਹ ਆਪਣਾ ਹੀ ਲੁੱਟਿਆ ਹੋਇਆ ਪੈਸਾ ਉਹਨਾਂ ਕੋਲ ਹੈ, ਇਹ ਗੱਲ ਸੱਚ ਹੈ. ਆਪਾਂ ਇੱਕ ਸੋਨੇ ਦੀ ਚਿੜੀ ਸੱਚਮੁੱਚ ਸੀਗੇ. ਕਿਹੋ ਜਿਹੀਆਂ ਗੱਲਾਂ ਕਰਦੇ ਹੋ ਵੀਰੇ? ਮੈਨੂੰ ਤੁਹਾਡੀਆਂ ਗੱਲਾਂ ਵਿੱਚ ਕੁਝ ਵੀ ਤਰਕ ਨਜ਼ਰ ਨਹੀਂ ਆਉਂਦਾ. ਇਹੋ ਜਿਹੀਆਂ ਗੱਲਾਂ ਸਿਰਫ ਸੁਣਨ ਵਿੱਚ ਚੰਗੀਆਂ ਲੱਗਦੀਆਂ ਹਨ, ਅਸਲ ਜ਼ਿੰਦਗੀ ਵਿੱਚ ਨਹੀਂ. ਮੈਨੂੰ ਲੱਗਦਾ ਤੁਸੀਂ ਕਿਸੇ ਗਲਤ ਭਾਰਤ ਦੀ ਛਵੀ ਆਪਦੇ ਮਨ 'ਚ ਬਣਾਈ ਬੈਠੇ ਹੋ. ਅੱਜ ਤੁਹਾਨੂੰ ਮੈਂ ਦੱਸਦਾ ਅਸੀਂ ਸਾਡਾ ਦੇਸ਼ ਕਿੰਨਾ ਸ਼ਕਤੀਸ਼ਾਲੀ ਹੈ. ਤੁਹਾਨੂੰ ਅੱਜ ਗਿਣਾਉਣਾ ਸਾਡੀ ਜਲ ਥਲ ਵਾਯੂ ਸੈਨਾ ਬਹੁਤ ਹੀ ਸ਼ਕਤੀਸ਼ਾਲੀ ਹੈ. ਬਗਾਨਾ ਮੁਲਕ ਸਾਡੇ ਨਾਲ ਲੜਨ ਤੋਂ ਪਹਿਲਾਂ 10 ਵਾਰੀ ਸੋਚਦਾ ਹੈ. ਉਹਨੂੰ ਪਤਾ ਹੈ ਇਹ ਹਿੰਦੁਸਤਾਨ ਪਹਿਲਾਂ ਨਹੀਂ ਰਿਹਾ. ਸਾਡੀ ਫੌਜ ਦੁਨੀਆ ਵਿੱਚ 3 ਨੰਬਰ 'ਤੇ ਸ਼ਕਤੀਸ਼ਾਲੀ ਹੈ. ਸਾਡੇ ਕੋਲ ਹਰ ਤਰ੍ਹਾਂ ਦਾ ਹਥਿਆਰ ਮੌਜੂਦ ਹੈ. ਸਾਡੇ ਕੋਲ ਆਧੁਨਿਕ ਹਥਿਆਰ ਨੇ, ਮਿਜ਼ਾਈਲਾਂ ਨੇ, ਐਟਮ ਬੰਬ ਨੇ, ਪਰਮਾਣੂ ਬੰਬ ਨੇ, ਜਹਾਜ਼ੀ ਵੇੜ ਨੇ. ਅਸੀਂ ਕਿਸੇ ਵੀ ਮੁਲਕ ਤੋਂ ਹੁਣ ਪਿੱਛੇ ਨਹੀਂ ਰਹਿ ਚੁੱਕੇ. ਬਸ ਆਹੀ ਕੋਈ ਗੱਲਾਂ, ਸਾਇੰਸ ਵਿਕਾਸ, ਖੇਡ ਵਿਕਾਸ, ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਰੁਕੋ ਰੁਕੋ, ਸ਼ਾਇਦ ਤੁਹਾਨੂੰ ਬੈਠੋ, ਸਾਰੀਆਂ ਗੱਲਾਂ ਦੱਸਦਾ ਅੱਜ ਮੈਂ. ਜੇ ਆਪਾਂ ਸਾਇੰਸ ਦੀ ਗੱਲ ਕਰੀਏ, ਸਾਡੀ ਇਸਰੋ ਨੇ ਮੰਗਲ ਯਾਨ ਨੂੰ ਮੰਗਲ ਦੇ ਓਰਬਿਟ ਦੇ ਵਿੱਚ ਸਭ ਤੋਂ ਘੱਟ ਖਰਚੇ ਵਿੱਚ ਭੇਜਿਆ. ਇਹ ਦੁਨੀਆ ਦੀ ਹੋਰ ਕੋਈ ਕੰਟਰੀ ਨਹੀਂ ਕਰ ਪਾਈ, ਇਹ ਆਪਣੇ ਭਾਰਤ ਨੇ ਕੀਤਾ, ਅਤੇ ਮੈਨੂੰ ਮਾਣ ਹੈ ਆਹ ਚੀਜ਼ 'ਤੇ. ਗੂਗਲ, ਗੂਗਲ ਸਭ ਤੋਂ ਵੱਡੀ ਕੰਪਨੀ ਹੈ ਦੁਨੀਆ ਦੀ, ਜਿਹਦੇ ਆਪਾਂ ਨੈੱਟ ਚਲਾਉਂਦੇ ਹੋ ਤੁਸੀਂ ਅੱਜ ਦੀ ਡੇਟ ਦੇ ਵਿੱਚ. ਉਹਦਾ CEO ਵੀ ਇੱਕ ਭਾਰਤੀ ਨਾਗਰਿਕ ਹੀ ਹੈ. ਤੁਸੀਂ ਇੰਟਰਨੈੱਟ ਯੂਜ਼ ਕਰਦੇ ਹੋ, ਜਿਹੜਾ ਸਭ ਤੋਂ ਸਸਤਾ ਘੱਟ ਰੇਟ ਦੇ ਵਿੱਚ ਸਾਡੇ ਭਾਰਤ ਵਿੱਚ ਹੀ ਮਿਲਦਾ, ਅਤੇ ਅਸੀਂ ਹੋਰ ਬਥੇਰੀਆਂ ਕਾਢਾਂ ਸਾਡੇ ਦੇਸ਼ ਦੇ ਵਿੱਚ ਚੱਲ ਰਹੀਆਂ ਨੇ. ਬਸ, ਅਤੇ ਹੋਰ ਵਿਕਾਸ, ਦੇਸ਼ ਦੇ ਵਿਕਾਸ ਬਾਰੇ ਤੁਹਾਡਾ ਕੀ ਕਹਿਣਾ? ਉਹਨਾਂ ਵੱਲ ਤਾਂ ਕਿਸਦਾ ਖਿਆਲ ਨਹੀਂ. ਦੇਸ਼ ਦਾ ਵਿਕਾਸ ਅਤੇ ਦੇਸ਼ ਦੀ ਖੇਡਾਂ ਬਹੁਤ ਉੱਪਰ ਲੈਵਲ 'ਤੇ ਜਾ ਚੁੱਕੀਆਂ ਨੇ. ਸ਼ਾਇਦ ਤੁਸੀਂ ਬਹੁਤ ਹੀ ਅਣਜਾਣ ਹੋ, ਹੁਣ ਤੁਸੀਂ ਦੇਖ ਲਓ, ਪੱਕੀਆਂ ਸੜਕਾਂ, ਪੀਣ ਨੂੰ ਸਾਫ਼ ਪਾਣੀ, ਥਾਂ ਥਾਂ RO ਲੱਗ ਚੁੱਕੇ ਨੇ, ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਗਿਆ, ਬਾਹਰਲੀ ਕੰਪਨੀਆਂ ਸਾਡੇ ਦੇਸ਼ ਦੇ ਵਿੱਚ ਆ ਰਹੀਆਂ ਨੇ, 'ਚ ਹਸਪਤਾਲ, ਰਿਫਾਈਨਰੀਆਂ, ਵੱਡੇ ਵੱਡੇ ਫਲਾਈਓਵਰ, ਲੋਕਾਂ ਦਾ ਰੁਜ਼ਗਾਰ ਆਕਾਰ ਲੈਣਾ ਆਮ ਹੋ ਗਿਆ ਆਪਣੇ ਵਾਸਤੇ, ਮੋਬਾਈਲ ਹਰ ਬੰਦੇ ਜੇਬ ਦੇ ਵਿੱਚ ਹੈ.
ਚੰਗੀ ਇਨਕਮ ਹਰ ਕਿਸੇ ਕੋਲ ਹੈ, ਚੰਗਾ ਪੈਸਾ ਹਰ ਕਿਸੇ ਕੋਲ ਹੈ, ਜਿਹੜੀ ਕਾਰਾਂ ਦੇ ਲੋਕ ਸੁਪਨੇ ਲੈਂਦੇ ਸੀ ਉਹ ਕਾਰਾਂ ਹਰ ਕਿਸੇ ਕੋਲ ਆ ਰਹੀਆਂ ਨੇ ਮੇਰੇ ਵੀਰੇ। ਅਤੇ ਖੇਡਾਂ, ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਖੇਡਾਂ, ਖੇਡਾਂ ਦੇ ਵਿੱਚ ਤਾਂ ਅਸੀਂ ਬਹੁਤ ਹੀ ਜ਼ਿਆਦਾ ਅੱਗੇ, ਨੌਜਵਾਨ ਖਿਡਾਰੀ ਹਰ ਸਾਲ ਗੋਲਡ ਮੈਡਲ ਲੈ ਕੇ ਆਉਂਦੇ ਆ। ਉਹ ਵੀ ਇੱਕ ਟਾਈਮ ਸੀ ਜਦੋਂ ਭਾਰਤ ਆਜ਼ਾਦ ਹੋਇਆ ਸੀ ਅਤੇ 1948 ਦੇ ਵਿੱਚ ਅਸੀਂ ਹਾਕੀ ਦੇ ਵਿੱਚ ਗੋਲਡ ਮੈਡਲ ਜਿੱਤਿਆ ਸੀ, ਪਰ ਅੱਜ ਤੁਸੀਂ ਦੇਖ ਲਓ ਭਾਰਤ ਦਾ ਕੋਈ ਮੁਕਾਬਲਾ ਨਹੀਂ। ਸਾਡੀ ਕ੍ਰਿਕਟ ਟੀਮ ਦੁਨੀਆ ਭਰ ਵਿੱਚ ਮਸ਼ਹੂਰ ਹੈ। 1984, 2007, 2011 ਦੇ ਕ੍ਰਿਕਟ ਵਰਲਡ ਕੱਪ ਭਾਰਤੀ ਟੀਮ ਨੇ ਜਿੱਤੇ। ਕਬੱਡੀ ਸਾਡਾ ਲੋਕ ਖੇਡ ਜਿਹਨੂੰ ਸਾਰਾ ਹੀ ਭਾਰਤ ਪਿਆਰ ਕਰਦਾ, ਸਾਰੇ ਦੇ ਸਾਰੇ ਵਰਲਡ ਕੱਪ ਸਾਡੀ ਭਾਰਤੀ ਟੀਮ ਨੇ ਜਿੱਤੇ, ਮੈਨੂੰ ਇਹ 'ਤੇ ਮਾਣ ਮਹਿਸੂਸ ਹੁੰਦਾ ਹੈ ਇਹ ਗੱਲ 'ਤੇ। ਉਸ ਤੋਂ ਬਾਅਦ ਸਚਿਨ ਤੇਂਦੁਲਕਰ, ਮਿਲਖਾ ਸਿੰਘ, ਪੀਟੀ ਊਸ਼ਾ, ਮੈਰੀ ਕੌਮ, ਮੇਜਰ ਧਿਆਨ ਚੰਦ, ਅਗਰ ਤੁਹਾਨੂੰ ਅਜਿਹੇ ਖਿਡਾਰੀਆਂ ਦੇ ਮੈਂ ਨਾਮ ਦੱਸਣ ਲੱਗਾ ਤਾਂ ਪਤਾ ਨਹੀਂ ਕਿੰਨੀਆਂ ਬੱਸਾਂ ਟਪਾ ਦਈਏ ਆਪਾਂ। ਵੀਰੇ, ਤੁਸੀਂ ਤਾਂ ਮੇਰੀਆਂ ਅੱਖਾਂ ਖੋਲ ਦਿੱਤੀਆਂ। ਸਾਡੇ ਦੇਸ਼ ਦੇ ਲੱਖਾਂ ਹੀ ਨੌਜਵਾਨ ਜੋ ਮੇਰੇ ਵੱਲ ਆਪਣੇ ਦਿਲ ਵਿੱਚ ਦੇਸ਼ ਪ੍ਰਤੀ ਗਲਤ ਧਾਰਨਾ ਧਾਰੀ ਬੈਠੇ ਹਨ, ਆਓ ਉਹਨਾਂ ਨੂੰ ਆਪਾਂ ਜਾਣੂ ਕਰਵਾਈਏ। ਦੇਖੋ, ਦ੍ਰਿੜ ਇਰਾਦਾ ਕਰੋ। ਅੱਜ 19ਵੀਂ ਸਦੀ ਅੰਗਰੇਜ਼ਾਂ ਦੀ ਸੀ, 20ਵੀਂ ਸਦੀ ਅਮਰੀਕਾ ਦੇ ਲੋਕਾਂ ਦੀ ਸੀ, ਪਰ 21ਵੀਂ ਸਦੀ ਇਹ ਸਾਡੇ ਹਿੰਦੁਸਤਾਨ ਦੇ ਲੋਕਾਂ ਦੀ ਹੋਊਗੀ। ਦ੍ਰਿੜ ਇਰਾਦਾ ਕਰੀਏ ਅਤੇ ਆਪਣੇ ਦੇਸ਼ ਨੂੰ ਬਦਲੀਏ। ਜੈ ਹਿੰਦ, ਜੈ ਭਾਰਤ।